ਡਾਕਟਰ ਰਣਜੀਤ ਸਿੰਘ ਦੀ ਪੁਸਤਕ ਰੇਤੇਚ ਗੁਲਜ਼ਾਰ ਗੁਲਜ਼ਾਰ ਸਿੰਘ ਸੰਧੂ ਦਾ ਅਗਲਾ ਵਿਸ਼ਾ ਹੈ ਬਚਪਨ ਤੇ ਪੜਾਈ ਸਾਡੀ ਇਸ ਪੁਸਤਕ ਦੇ ਨਾਇਕ ਦਾ ਨਾਮ ਗੁਲਜ਼ਾਰ ਸਿੰਘ ਸੰਧੂ ਹੈ ਉਹ ਪਾਵੇਂ ਖਾਂਦੇ ਪੀਂਦੇ ਘਰ ਦਾ ਚਿਰਾਗ ਸਨ ਪਰ ਉਹਨਾਂ ਦਾ ਬਚਪਨ ਆਪਣੇ ਨਾਨਕੇ ਪਿੰਡ ਹੀ ਬੀਤਿਆ ਜਿੱਥੇ ਸਖਤ ਮਿਹਨਤ ਕਰਨੀ ਪਈ ਤੇ ਤੰਗੀ ਤੁਰਸ਼ੀ ਦੇ ਦਿਨ ਵੀ ਵੇਖਣੇ ਪਏ ਉਹਨਾਂ ਦਾ ਆਪਣਾ ਜੱਦੀ ਪਿੰਡ ਸੂਨੀ ਜ਼ਿਲ੍ਹਾ ਹੁਸ਼ਿਆਰਪੁਰ ਚ ਹੈ ਜਿੱਥੇ ਪੜ੍ਹਾਈ ਦੀ ਸਹੂਲਤ ਨਹੀਂ ਸੀ ਇਹ ਪਿੰਡ ਮਾਹਲਪੁਰ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਉੱਤੇ ਹੈ। ਉਹਨਾਂ ਦਾ ਜਨਮ ਆਪਣੇ ਨਾਨਕੇ ਪਿੰਡ ਕੋਟਲਾ ਬਡਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਇਹਨਾਂ ਦੇ ਛੋਟੇ ਮਾਮੇ ਦਾ ਜਨਮ ਇਹਨਾਂ ਦੇ ਜਨਮ ਤੋਂ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਨਾਨੀ ਨੇ ਗੁਲਜ਼ਾਰ ਨੂੰ ਆਪਣੇ ਕੋਲ ਹੀ ਰੱਖ ਲਿਆ ਕਿ ਦੋਵੇਂ ਇਕੱਠੇ ਹੀ ਪਾਲ ਜਾਣ। ਜਨਮ ਦੀ ਸਹੀ ਮਿਤੀ ਦਾ ਪਤਾ ਨਹੀਂ ਪਰ ਸਾਲ 1934 ਸੀ ਜਦੋਂ ਮਾਮਾ ਭਾਂਜਾ 6 ਸਾਲ ਦੇ ਹੋਏ ਤਾਂ ਲਗਲੇ ਪਿੰਡ ਪੜੀ ਦੇ ਸਕੂਲ 'ਚ ਦਾਖਲ ਕਰਵਾ ਦਿੱਤੇ। ਇਥੇ ਮਾਸਟਰ ਜੀ ਨੇ ਦੋਵਾਂ ਦੀ ਇੱਕ ਹੀ ਜਨਮ ਮਿਤੀ 27 ਫਰਵਰੀ 1935 ਲਿਖਤੀ। ਉਦੋਂ ਮਿਡਲ ਤੇ ਹਾਈ ਸਕੂਲ ਸ਼ਹਿਰਾਂ 'ਚ ਹੀ ਹੁੰਦੇ ਸਨ ਤੇ ਜੇ ਪੜ੍ਹਨ ਲਈ ਉਪਰਾਲਾ ਕਰਨਾ ਸੀ ਤਾਂ ਸ਼ਹਿਰੋਂ ਤੋਂ 8 ਮੀਲ ਸੀ। ਸਾਈਕਲ ਵੀ ਨਹੀਂ ਹੁੰਦੇ ਸੀ। ਸਾਰੇ ਪਿੰਡ 'ਚ ਮਸਾਂ ਇੱਕ ਸਾਈਕਲ ਹੀ ਹੁੰਦਾ ਸੀ। ਇੰਜ 8 ਮੀਲ ਪੈਦਲ ਜਾਣਾ ਤੇ ਆਉਣਾ ਸੌਖਾ ਕੰਮ ਨਹੀਂ ਸੀ। ਦੋਵਾਂ ਦੇ ਮਾਪੇ ਖੇਤੀ ਨਹੀਂ ਸੀ ਕਰਦੇ। ਮਾਪੇ ਹਮੇਸ਼ਾ ਸੋਚਦੇ ਕਿ ਬੱਚੇ ਪੜ੍ਹ ਲਿਖ ਜਾਣ, ਸਰਕਾਰੀ ਨੌਕਰ ਹੋ ਜਾਣਗੇ ਤਾਂ ਉਹਨਾਂ ਦੀ ਸ਼ਾਨ ਬਣੇਗੀ। ਗੁਲਜ਼ਾਰ ਦੀ ਇੱਕ ਮਾਸੀ ਖੰਨਾ ਲੱਗੇ ਪਿੰਡ ਬਾਹੂਮਾਜਰੇ ਵਿਆਹੀ ਸੀ ਉਸ ਪਿੰਡ ਚ ਪ੍ਰਾਇਮਰੀ ਸਕੂਲ ਸੀ ਘਰਦਿਆਂ ਦੋਵੇਂ ਮਾਮੇ ਤੇ ਭਾਂਜੇ ਨੂੰ ਬਾਹੂਮਾਜਰੇ ਭੇਜ ਦਿੱਤਾ ਇੱਥੇ ਵੀ ਜ਼ਿੰਦਗੀ ਕੋਈ ਬਹੁਤੀ ਸੌਖੀ ਨਹੀਂ ਸੀ ਦੋਵਾਂ ਨੂੰ ਪੜ੍ਹਾਈ ਲਈ ਇੱਕੋ ਕਿਤਾਬ ਇੱਕੋ ਜੇ ਕੱਪੜੇ ਇੱਕੋ ਮੰंजे ਤੇ ਸੌਣਾ ਪੈਂਦਾ ਸੀ ਪਿੰਡਾਂ ਚ ਜਦੋਂ ਅੰਬਰੀ ਬਿਜਲੀ ਘੜਕਦੀ ਹੋਵੇ ਤਾਂ ਮਾਮੇ ਭਾਂਜੇ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ ਕਿ ਬਿਜਲੀ ਡਿੱਗ ਸਕਦੀ ਹੈ ਪਰ ਇਸ ਜੋੜੀ ਨੇ ਅਜਿਹੀ ਸੋਚ ਦੀ ਕਦੇ ਪਰਵਾਹ ਨਹੀਂ ਕੀਤੀ ਬਾਹੂ ਮਾਜਰਾ ਵਾਲੇ ਆਪਣੇ ਸਕੂਲ ਬਾਰੇ ਉਹ ਦੱਸਦੇ ਐ ਕਿ ਸਕੂਲ ਦੀਗਾਥਾ ਹੋਰ ਵੀ ਨਿਮਾਣੀ ਸੀ। ਇਹ ਸਕੂਲ ਨੂੰ ਪਿੰਡ ਦਾ ਇੱਕ ਸੇਵਾਮੁਕਤ ਫੌਜੀ ਨੱਥਾ ਸਿੰਘ ਚਲਾਉਂਦਾ ਸੀ। ਉਹ ਚੌਥੀ ਜਮਾਤ ਤੱਕ ਸਾਰੇ ਬੱਚਿਆਂ ਨੂੰ ਆਪ ਹੀ ਪੜ੍ਹਾਉਂਦਾ ਸੀ ਤੇ ਆਪ ਹੀ ਉਹਨਾਂ ਦੇ ਖੇਡਣ-ਕੁੱਦਣ ਤੇ ਧਰਮ ਦੀ ਪੜ੍ਹਾਈ ਦਾ ਪ੍ਰਬੰਧ ਕਰਦਾ। ਉਹਨੂੰ ਬੱਚੇ ਬਾਬਾ ਜੀ ਆ ਕੇ ਬੁਲਾਉਂਦੇ ਸੀ ਤੇ ਉਹਦਾ ਡਰ ਬਹੁਤ ਸੀ। ਉਹ ਕਿਸੇ ਤੋਂ ਫੀਸ ਨਹੀਂ ਸੀ ਲੈਂਦਾ, ਕਿਸੇ ਬੱਚੇ ਨੂੰ ਗਲਤ ਕੰਮ ਨਹੀਂ ਸੀ ਕਰਨ ਦਿੰਦਾ। ਮਾਪੇ ਵੀ ਉਹਦੀ ਬਹੁਤ ਇੱਜ਼ਤ ਕਰਦੇ ਸੀ। ਮਾਸਟਰ ਜੀ ਧਾਰਮਿਕ ਰੁਚੀਆਂ ਵਾਲੇ ਸੰਤ ਦੇ ਘਰ ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸੀ। ਇਹਨਾਂ ਨੂੰ 5 ਵਜੇ ਸਵੇਰੇ ਉੱਠ ਨਹਾ ਕੇ ਉੱਥੇ ਜਾਣਾ ਪੈਂਦਾ ਸੀ। ਮਾਸਟਰ ਜੀ ਦੇ ਘਰ ਦੀ ਸਭ ਸਭਾਲ ਤੇ ਉਹਦੇ ਡੰਗਰਾਂ ਦੀ ਦੇਖਭਾਲ ਵੀ ਉਹਨਾਂ ਨੂੰ ਹੀ ਕਰਨੀ ਪੈਂਦੀ ਸੀ। ਮਾਸੀ ਦੇ ਘਰ ਵੀ ਮੱਝ ਸੀ ਇਸ ਲਈ ਪੱਠੇ ਲਿਆਉਣੇ ਵੀ ਇਹਨਾਂ ਦੋਵਾਂ ਦੀ ਜ਼ਿੰਮੇਵਾਰੀ ਸੀ। ਘਰ ਦੇ ਵਿਹੜੇ 'ਚ ਬਹੁਤ ਸਾਰੇ ਬੂਟੇ ਲੱਗੇ ਸੀ, ਨਲਕੇ ਨੂੰ ਗੇੜ ਕੇ ਇਹਨਾਂ ਨੂੰ ਪਾਣੀ ਵੀ ਦੇਣਾ ਪੈਂਦਾ। ਨਲਕੇ ਦੀ ਹੱਥੀ ਉੱਚੀ ਹੋਣ ਕਰਕੇ ਲਟਕ ਕੇ ਪਾਣੀ ਕੱਢਿਆ ਜਾਂਦਾ ਸੀ। ਸਾਡੇ ਨਾਇਕ ਦੱਸਦੇ ਹਨ ਕਿ ਅਸੀਂ ਨੰਗੇ ਪੈਰ ਸਕੂਲ ਜਾਂਦੇ ਸੀ ਉਦੋਂ ਅੱਜ ਵਾਲੇ ਕੈਨਵਸ ਤੇ ਨਰਮ ਬੂਟ ਪਰ ਚੱਲਤ ਨਹੀਂ ਸੀ ਹੋਏ ਜੋ ਰੱਬਾਂ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਚਮ ਦੇ ਮੋਜੇ ਚੁਬਦੇ ਸੀ ਨੱਠਣ ਭੱਜਨ 'ਚ ਰੋਕ ਪਾਉਂਦੇ ਸੀ ਸਕੂਲ ਜਾਣ ਦਾ ਚਾਹ ਵੀ ਮਾਰਿਆ ਜਾਂਦਾ ਸੀ ਜੇ ਨੱਚਣ ਕੁੱਦਣ ਦਾ ਹੀ ਨਾ ਹੋਵੇ ਤਾਂ ਸਕੂਲ ਕਿਸ ਕੰਮ ਦਾ ਜੁੱਤੀਆਂ ਬਣਾਉਣ ਵਾਲੇ ਵੀ ਮੇਚੇ ਦਾ ਇੰਨਾ ਖਿਆਲ ਨਹੀਂ ਸੀ ਕਰਦੇ ਤੰਗ ਹੁੰਦੀ ਤੇਲ ਨਾਲ ਨਰਮ ਕਰਨ ਦੀ ਸਲਾਹ ਦੇ ਕੇ ਘਰੋਂ ਤੋਰ ਦਿੰਦੇ ਸਕੂਲਾਂ ਦੀ ਸਥਿਤੀ ਬਾਰੇ ਦੱਸਿਆ ਕਿ ਸਾਡੇ ਸਕੂਲਾਂ ਨੇ ਮੇਜ਼ ਨਹੀਂ ਸਨ ਤੱਕੇ ਕੁਰਸੀ ਵੀ ਕਿਸੇ ਕਿਸੇ ਸਕੂਲ 'ਚ ਹੁੰਦੀ ਸੀ ਤੇ ਉਹ ਵੀ ਮਾਸਟਰ ਲਈ ਮਾਪੇ ਵੀ ਖੜੇ ਹੋ ਕੇ ਹੀ ਗੱਲ ਕਰਦੇ ਸੀ ਤੇ ਉਹ ਸਰਕਾਰੀ ਦਰਬਾਰੇ ਕੁਰਸੀ ਵਾਲਿਆਂ ਦੇ ਸਾਹਮਣੇ ਖਲੋ ਕੇ ਗੱਲ ਕਰਨਾ ਸਿੱਖੇ ਹੋਏ ਹੁੰਦੇ ਸਨ ਉਹਨਾਂ ਲਈ ਪਟਵਾਰੀ ਸਿਪਾਈ ਤੇ ਮਾਸਟਰ ਇੱਕ ਬਰਾਬਰ ਸਨ ਬੱਚਿਆਂ ਦੇ ਬੈਠਣ ਲਈ ਡੈਸਕ ਨਹੀਂ ਸੀ ਹੁੰਦੇ ਸਗੋਂ ਬੱਚੇ ਤਪੜਾਂ ਤੇ ਬੈਠ ਕੇ ਪੜ੍ਹਦੇ ਸੀ ਆਪਣੇ ਸਕੂਲਾਂ ਦੇ ਪ੍ਰਭਾਵ ਬਾਰੇ ਉਹ ਲਿਖਦੇ ਆ ਕਿ ਮੇਰੀ ਜ਼ਿੰਦਗੀ ਜਿੰਨੀ ਕ ਸਮੇਂ ਦੀ پابੰਦੀ ਹੈ ਉਹ ਕੰਨੇ ਵਾਲੇ ਸਕੂਲ ਦੀ ਦੇਣ ਹੈ ਸਬਰ ਤੇ ਸੰਤੋਖ ਜਿੰਨਾ ਵੀ ਹੈ ਉਹਦਾ ਸੇਰਾ ਹਿੱਟਲੇ ਸਕੂਲਾਂ ਦੇ ਫਕੀਰੀ ਸੁਭਾਅ ਦੇ ਸਿਰ ਵੱਜਦਾ ਹੈ ਉਦੋਂ ਹੀ ਇਹਨਾਂ ਦੇ ਮਾਸੜ ਜੀ ਅਕਾਲ ਚਲਾਣਾ ਕਰ ਗਏ ਘਰ ਦੀ ਹਾਲਤ ਖਸਤਾ ਹੋ ਗਈ ਇਹਨਾਂ ਦੇ ਮਾਮਾ ਦੱਸਦੇ ਸਨ ਕਿ ਘਰ 'ਚ ਤੇ ਸਕੂਲ 'ਚ ਡੰਗਰ ਪਸ਼ੂਆਂ ਲਈ ਪੱਠੇ ਲਿਆਉਣੇ ਹਾਰੇ ਚ ਪਾਥੀਆਂ ਲਾ ਕੇ ਕਾਢਣੀ 'ਚ ਦੁੱਧ ਧਰਨ ਤੋਂ ਬਿਨਾ ਕੱਚੇ ਕੋਠਿਆਂ ਤੇ ਕੰਦਾਂ ਦੀ ਲਿਪਾਈ ਵਿੱਚ ਸਹਾਇਤਾ ਕਰਨੀ ਪੈਂਦੀ ਸੀ ਜਿਹੜਾ ਬਹੁਤ ਔਖਾ ਕੰਮ ਸੀ ਘਰ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋ ਗਈ ਤਾਂ ਮਾਸੀ ਨੇ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਪਰ ਸਾਡੇ ਨਾਇਕ ਨੇ ਬਾਹਰਲੇ ਕੰਮ ਕਾਜ ਦਾ ਪੜਾਈ ਤੇ ਅਸਰ ਨਹੀਂ ਪੈਣ ਦਿੱਤਾ ਤੇ ਪ੍ਰਾਇਮਰੀ ਜਮਾਤ ਪਾਸ ਕਰ ਲਈ ਇੱਥੇ ਇਹਨਾਂ ਮਾਮੇ ਭਾਂਜੇ ਨੂੰ ਸਰਨੇ ਬੱਲੇ ਦੀ ਜੋੜੀ ਆਖਿਆ ਜਾਂਦਾ ਸੀ ਉਹਨੇ ਜੋੜੀ ਖਨਾਰਿਆ ਸਕੂਲ ਚ ਦਾਖਲ ਹੋਈ ਮੋਢਾ ਹੀ ਮੀਲ ਦਾ ਸਫ਼ਰ ਰੋਜ਼ ਸ਼ੁਰੂ ਹੋ ਗਿਆ ਹਾਈ ਸਕੂਲ ਚ ਦਾਖਲ ਹੋਣ ਨਾਲ ਖਰਚ ਵਧ ਗਿਆ ਘਰ ਦਾ ਗੁਜ਼ਾਰਾ ਕੇਵਲ ਦੁੱਧ ਵੇਚ ਕੇ ਹੀ ਹੁੰਦਾ ਸੀ ਤੇ ਫੈਸਲਾ ਹੋਇਆ ਕਿ ਘਰੋਂ ਦੁੱਧ ਵੇਚਣ ਦੀ ਤਾਂ ਇਹਨੂੰ ਖੰਨੇ ਵੇਚਿਆ ਜਾਏ ਤਾਂ ਉਹ ਵੱਧ ਪੈਸੇ ਮਿਲ ਸਕਣ। ਹੁਣ ਉਹਨਾਂ ਨੂੰ ਸਵੇਰੇ ਉੱਠ ਕੇ ਦੁੱਧ ਦਾ ਡੋਲਚਾ ਵੀ ਨਾਲ ਚੁੱਕ ਕੇ ਲਿਜਾਣਾ ਪੈਂਦਾ। ਵਾਪਸੀ ਉੱਤੇ ਘਰ ਦਾ ਸਮਾਨ ਤੇ ਮੱਝਾਂ ਲਈ ਖal ਬੜੇਵੇਂ ਆਦਮੀ ਲੈ ਕੇ ਆਉਣੇ ਪੈਂਦੇ। ਸਕੂਲ 'ਚ ਤਾਂ ਉਰਦੂ ਤੇ ਅੰਗਰੇਜ਼ੀ ਦੀ ਪੜ੍ਹਾਈ ਹੁੰਦੀ ਸੀ। ਪੰਜਾਬੀ ਦੇ ਅੱਖਰ ਉਹਨਾਂ ਦੀ ਨਾਨੀ ਨੇ ਰੇਤ ਉੱਤੇ ਲਿਖ ਕੇ ਸਿਖਾਏ। ਸਕੂਲ ਦੀ ਪੜ੍ਹਾਈ ਉਹਨਾਂ ਕਮੀਜ਼ ਪਜਾਮਾ ਪਾ ਕੇ ਕੀਤੀ। ਜਿਨ੍ਹਾਂ ਨੂੰ ਉਹਨਾਂ ਦੀ ਮਾਸੀ ਘਰ ਹੀ ਸਿਉਂ ਦਿੰਦੀ ਸੀ ਉਹਨਾਂ ਨੂੰ ਕੱਪੜੇ ਵੀ ਆਪ ਹੀ ਧੋਣੇ ਪੈਂਦੇ ਸੀ ਤੇ ਕੱਪੜੇ ਪ੍ਰੈਸ ਕਰਨ ਦਾ ਤਾਂ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਮਾਸੀ ਦੀਆਂ ਪੁਰਾਣੀਆਂ ਚੁੰਨੀਆਂ ਤੋਂ ਹੀ ਪਗੜੀ ਦਾ ਕੰਮ ਲੈਣਾ ਪੈਂਦਾ ਸੀ ਪੈਰੀਂ ਸਭ ਤੋਂ ਸਸਤੀ ਧੋੜੀ ਦੀ ਜੁੱਤੀ ਹੀ ਪਾਉਣ ਨੂੰ ਮਿਲਦੀ ਸੀ 8ਵੀਂ ਪਾਸ ਕਰਦਿਆਂ ਦੇਸ਼ ਆਜ਼ਾਦ ਹੋ ਗਿਆ ਪੰਜਾਬ ਦੀ ਵੰਡ ਹੋ ਗਈ ਸਾਰੇ ਪੰਜਾਬ 'ਚ ਖੂਨ ਖਰਾਬਾ ਸ਼ੁਰੂ ਹੋ ਗਿਆ ਉਹ ਮਾਸੀ ਦੇ ਪਿੰਡੋਂ ਆਪਣੇ ਪਿੰਡ ਸੋਨੀ ਆ ਗਏ ਤੇ ਮਾਲਪੁਰ ਖਾਲਸਾ ਹਾਈ ਸਕੂਲ 'ਚ ਦਾਖਲਾ ਲੈ ਲਿਆ ਇਹ ਪਿੰਡੋਂ ਕੋਈ 10 ਕਿਲੋਮੀਟਰ ਦੂਰ ਹੈ ਘਰਦਿਆਂ ਨੇ ਸਾਈਕਲ ਤਾਂ ਲੈ ਦਿੱਤਾ ਪਰ ਰਾਜ ਬਈ ਤੇ ਰੇਤਲੇ ਕੱਚੇ ਰਾਜ ਬਹੁਤ ਪੰਡਾ ਪੈਦਲ ਹੀ ਕਰਨਾ ਪੈਂਦਾ ਸੀ ਸੰਧੂ ਦੇ ਪਿਤਾ ਦਾ ਨਾਮ ਸਰਦਾਰ ਹਰੀ ਸਿੰਘ ਤੇ ਮਾਤਾ ਜੀ ਦਾ ਨਾਮ ਗੁਰਚਰਨ ਕੌਰ ਹੈ ਉਹਦੋਂ ਉਹ ਅਨਪੜ੍ਹ ਸਨ ਅਸਲ 'ਚ ਗੁਲਜ਼ਾਰ ਆਪਣੇ ਖਾਨਦਾਨ 'ਚ ਸਕੂਲ ਜਾਣ ਵਾਲਾ ਪਹਿਲਾ ਮੁੰਡਾ ਸੀ ਕੁੜੀਆਂ ਨੂੰ ਤਾਂ ਕੋਈ ਸਕੂਲ ਭੇਜਦਾ ਹੀ ਨਹੀਂ ਸੀ ਸਾਡਾ ਨਾਇਕ ਵੀ ਗਲਤ ਸੰਗਤ 'ਚ ਪੈ ਗਿਆ ਇੱਕ ਮਹੀਨਾ ਸਕੂਲ ਹੀ ਨਹੀਂ ਗਿਆ ਸਕੂਲ 'ਚੋਂ ਦਾ ਨਾਮ ਕੱਟਿਆ ਗਿਆ ਪਿਤਾ ਜੀ ਨੇ ਆਖਿਆ ਪੜ ਲਏਗਾ ਤਾਂ ਕੋਈ ਚੰਗੀ ਸਰਕਾਰੀ ਨੌਕਰੀ ਮਿਲ ਜਾਏਗੀ ਨਹੀਂ ਤਾਂ ਘਰ ਖੇਤੀ ਕਰੇਗਾ ਜਾਂ ਮੇਰੇ ਵਾਂਗ ਊਠ ਵਾਏਗਾ ਉਹਨੂੰ ਸਮਝ ਆ ਗਈ ਕਿ ਪੜਨਾ ਜ਼ਰੂਰੀ ਹੈ ਮੁਰਦਾਖਲਾ ਲਿਆ ਮਿਹਨਤ ਕੀਤੀ ਦਸਵੀਂ ਚ ਪਾਸ ਹੋ ਗਿਆ ਉਸੇ ਸਕੂਲ ਵਿੱਚ ਕਾਲਜ ਬਣ ਗਿਆ ਗੁਲਜ਼ਾਰ ਹੋ ਰਾਂ ਇੱਥੋਂ ਬੀਏ ਪਾਸ ਕਰ ਲਈ ਕਾਲਜ ਚ ਪੜਦਿਆਂ ਹੀ ਲਿਖਣ ਦੀ ਚਿਟਕ ਵੀ ਲੱਗ ਗਈ ਕਾਲਜ ਦੇ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਵੀ ਬਣ ਗਏ ਬੀਏ ਪਾਸ ਕਰਨ ਵਾਲਾ ਆਪਣੇ ਪਿੰਡ ਦਾ ਪਹਿਲਾ ਵਿਅਕਤੀ ਸੀ ਇਹ ਤੋਂ ਪਤਾ ਲੱਗਦਾ ਹੈ ਕਿ ਉਦੋਂ ਬਹੁਤੇ ਬੱਚੇ ਸਕੂਲ ਜਾਂਦੇ ਨਹੀਂ ਸਨ ਪਿੰਡ ਵਿੱਚ ਮਸਾਂ ਤੋਂ 4 ਬੰਦੇ ਪੜ੍ਹ ਲਿਖ ਸਕਦੇ ਸਨ ਉਦੋਂ ਪਿੰਡਾਂ 'ਚ ਬਿਜਲੀ ਨਹੀਂ ਸੀ ਹੁੰਦੀ ਸਕੂਲ ਦੂਰ ਤੇ ਕੱਚੇ ਰਾਹ ਪੜ੍ਹਾਈ ਕਰਨੀ ਔਖੀ ਸਮਝੀ ਜਾਂਦੀ ਸੀ ਉਦੋਂ ਰੇਡੀਓ ਟੀਵੀ ਤੇ ਫੋਨ ਵੀ ਨਹੀਂ ਸਨ ਪਿੰਡਾਂ ਦੇ ਬੱਚਿਆਂ ਦਾ ਮਨ ਪਰਚਾਵਾ ਦੇਸੀ ਖੇਡਾਂ ਹੀ ਸਨ ਜਿਨਾਂ 'ਚ ਲੁਕਣ ਮੀਟੇ ਕੋਟਲਾ ਚ ਪਾਕੀ ਗੁੱਲੀ ਡੰਡਾ ਖਿੱਦੋ ਖੁੰਡੀ ਰੇਤ ਦੇ ਘਰ ਬਣਾਉਣੇ ਮੁਕਸਨ ਸਾਡੇ ਨਾਇਕ ਦੇ ਨਾਨਕੇ ਪਿੰਡ ਹਿਰਨਾ ਦੀਆਂ ੜਾਰਾਮ ਫਿਰਦੀਆਂ ਸਨ ਤੇ ਦਾਦਕੇ ਪਿੰਡ ਮੋਰਾਂ ਪਹਿਲਾਂ ਮੋਰ ਪਹਿਲਾਂ ਪਾਉਂਦੇ ਸਨ ਇੰਜੋ ਦਾ ਬਚਪਨ ਹਿਰਨਾ ਤੇ ਮੋਰਾਂ ਪਿੱਛੇ ਦੌੜਦਿਆਂ ਹੀ ਬੀਤਿਆ ਸਾਡੇ ਨਾਇਕ ਨੂੰ ਬਚਪਨ ਚ ਕਿਸੇ ਪੜਨ ਦਾ ਸ਼ੌਕ ਪੈਦਾ ਹੋ ਗਿਆ ਇਹ ਸ਼ੌਕ ਹੀ ਉਹਨਾਂ ਦੀ ਇੱਕ ਮਾਸੀ ਤੇ ਨਾਨੇ ਨੂੰ ਵੀ ਸੀ ਮਾਸੀ ਦੇ ਕਿਸੇ ਚੋਰੀ ਚੋਰੀ ਪੜਦਿਆਂ ਹੀ ਇਹ ਸ਼ੌਕ ਬਣਿਆ ਸੀ ਗਰਮੀਆਂ ਦੀਆਂ ਛੁੱਟੀਆਂ ਤਾਂ ਕਿਸੇ ਪੜਨ ਨੂੰ ਪਹਿਲ ਦਿੱਤੀ ਜਾਂਦੀ। ਉਹ ਕਿਸਿਆਂ ਨੂੰ ਘਰ ਵਾਲਿਆਂ ਤੋਂ ਛੁਪਾ ਕੇ ਰੱਖਦੇ ਸਨ ਕਿਉਂਕਿ ਘਰ 'ਚ ਕਿਸੇ ਖਰੀਦਣ ਤੇ ਪੜਨ ਦੀ ਖੋਲ ਨਹੀਂ ਸੀ। ਕਿਸੇ ਖਰੀਦਣ ਲਈ ਪੈਸਿਆਂ ਬਾਰੇ ਉਹ ਦੱਸਦੇ ਹਨ। ਅਸੀਂ ਖੰਨਾ ਮੰਡੀ ਨੂੰ ਜਾਣ ਵਾਲੇ ਮੂੰਗਫਲੀ ਜਾਂ ਦਾਣਿਆਂ ਦੇ ਗੱਡੇ ਤੋਂ ਥੋੜੇ-ਬਹੁਤੇ ਦਾਣੇ ਮੰਗ ਕੇ ਆਪਣੇ ਬਸਤੀਆਂ 'ਚ ਪਾ ਲੈਂਦੇ। ਖੱਟੇ ਕੀਤੇ ਦਾਣੇ ਤੇ ਮੂੰਗਫਲੀ ਖੰਨਾ ਪਹੁੰਚ ਕੇ ਮੰਡੀ 'ਚ ਵੇਚ ਦਿੰਦੇ। ਵਿਕਰੀ ਤੋਂ ਮਿਲੇ ਆਨੇ ਦਵਾਨੀਆਂ ਕਿਸੇ ਖਰੀਦਣ ਦੇ ਕੰਮ ਆਉਂਦੇ। ਸ਼ਾਇਦ ਇਸੇ ਸ਼ੌਕ ਨੇ ਉਨਾਂ ਨੂੰ ਸਾਹਿਤ ਦੇ ਖੇਤਰ 'ਚ ਛੋਟੀ ਉਤੇ ਪੁਚਾਇਆ ਧੰਨਵਾਦ